हरभजन मान अते दिलबर दी फिल्म जेड़ी हैगी आज रिलीज होने जा रही है। फिल्म दा नाम है PR। जिस विच की दसा जा रहा है कि स्ट्रगल दिखाया गया कि जेड़े बच्चे बाहर जाते हैं विदेश विच पढ़न लई जाते हैं उन्होंने किस तरीके की कठिनाइयों का सामना करना पैंदा है। तो आओ लैके चलते हैं तुहानू फन प्लाजा कोटकपुरा ते देखते हैं कि लोग इस फिल्म नू किन्ना लाइक करते हैं। तो PR मूवी देख के जो दर्शक ने वारे ने भाई जी किदा दी लगी फिल्म? बहुत सोहनी है जी। बहुत वधिया फिल्म है। बहुत वधिया फिल्म है। भाई किदा लगी? बहुत वधिया लगी जी। खास गल देखो जी नवें यूथ की गल जिहड़ी होई है तो देखो फिल्म देख के सब तो पहला मैं ये महसूस किया कि अपना इंडिया के जिहड़े स्टूडेंट ने बाहर जा रहे हैं सब तो पहले उन्होंने पंजाब सरकार को यह चाहिए कि उन्होंने रुजगार बारे सोचना चाहिए उन्होंने कि जोड़े यूथ में रुजगार मिले इतने तो अपन जी बाहर जाने की लड़ ना पवे तो बाकी जोड़ा चैलेंज लाइफ आ उधर जाके जी असी फिल्म देखी आ। सो कई बार आप इतने सोचते हैं कि बाहर जाके आप भी एक वधिया लाइफ होगी पर मैं नहीं वो देखता कि बहुत चैलेंज लाइफ आ। वधिया लगी दोनों एक्टिंग वधिया लगी फिल्म? नहीं एक्टिंग बहुत वधिया मान साहब ने तो बाकी तुम्हें पता ही है फिल्म की जी पंजाबी सिनेमे की शुरुआत की है बहुत वधिया फिल्म लगी। विशेष तौर पर कुछ होर खाना कहना चाहोगे फिल्म बारे? फिल्म बारे देखो मैं थोड़ा पहले दस चुका कि जी मतलब अपने स्टूडेंट जो बाहर जा रहे उस बेस से फिल्म बनी हुई है तो हाँ जी हाँ जी बहुत वधिया लगी। ਹੋਰ ਦਰਸ਼ਕ ਆ ਰਹੇ ਫਿਲਮ ਵੇਖ ਕੇ ਮੈਡਮ ਕਿੱਦਾਂ ਦੀ ਲੱਗੀ ਫਿਲਮ? ਹਾਂਜੀ ਵਧੀਆ ਸੀ ਫਿਲਮ ਬਹੁਤ ਵਧੀਆ ਲੱਗੀ। ਐਕਚੁਅਲੀ ਹਰਭਜਨ ਮਾਨ ਦੀ ਕੋਈ ਵੀ ਫਿਲਮ ਮੈਂ ਛੱਡਦੀ ਨਹੀਂ ਸਾਰੀਆਂ ਹੀ ਦੇਖਦੀ ਹਾਂ। ਵਿਸ਼ੇਸ਼ ਤੌਰ ਤੇ ਜੋ ਸਟਰਗਲ ਹੈਗਾ ਦਿਖਾ ਰੱਖਿਆ ਬੱਚੇ ਦਾ ਉਹ ਕਿੱਦਾਂ ਸਟਰਗਲ ਹੈਗਾ ਬਾਕੀ ਗਰਲਸ ਦੀ ਲਾਈਫ ਦਿਖਾਈ ਜਿਹੜੀ ਵਧੀਆ ਲੱਗਾ ਕਿ ਪੇਰੈਂਟਸ ਨੂੰ ਵੀ ਪਤਾ ਲੱਗਦਾ ਕਿ ਸਟੂਡੈਂਟ ਗਰਲਸ ਅਸੀਂ ਭੇਜਦੇ ਹਾਂ ਤਾਂ ਮਤਲਬ ਉੱਥੇ ਉਹਨਾਂ ਦਾ ਕੀ ਹੁੰਦਾ ਕਿ ਪੇਰੈਂਟਸ ਨੂੰ ਇੱਥੇ ਉਹਨਾਂ ਗੱਲਾਂ ਦਾ ਚਾਨਣਾ ਹੀ ਨਹੀਂ ਹੈਗਾ। ਰਿਸਪੋਂਸੀਬਿਲਟੀ ਪਤਾ ਲੱਗੀ ਉਸ 'ਚ ਵੀ ਬੱਚੇ ਨੇ ਕਿੰਨੀ ਵਿਜੀ ਬਣ ਹਾਂ ਬੱਚਾ ਵੈਸੇ ਇਹ ਗੱਲਾਂ ਵੀ ਹੈ ਕਿ ਬਾਹਰ ਜਾ ਕੇ ਬੱਚੇ 'ਚ ਜ਼ਿੰਮੇਵਾਰੀ ਆ ਜਾਂਦੀ ਆ ਮਤਲਬ ਉਹਨੂੰ ਸਟਰਗਲ ਕਰਨਾ ਪੈਂਦਾ ਕਿੰਨਾ ਜ਼ਿਆਦਾ ਇਹ ਗੱਲਾਂ ਮਤਲਬ ਇਹ ਫਿਲਮ ਦੇਖ ਕੇ ਕਾਫੀ ਲੋਕਾਂ ਨੂੰ ਪਤਾ ਲੱਗ ਜਾਂਦਾ। ਇਹ ਫਿਲਮ ਜਿਹੜੀ ਹੈਗੀ ਕਾਫੀ ਲੋਕਾਂ ਵੱਲੋਂ ਪਸੰਦ ਜਿਹੜੀ ਹੈਗੀ ਕੀਤੀ ਜਾ ਰਹੀ ਹੈ। ਸਟਰਗਲ ਵਿਖਾਇਆ ਗਿਆ ਇੱਕ ਬੱਚੇ ਦਾ ਕਿ ਬੱਚੇ ਦਾ ਸਟਰਗਲ ਜਿਹੜਾ ਬਾਹਰ ਜਾ ਕੇ ਹੈ ਕਿਸ ਤਰੀਕੇ ਦਾ ਹੁੰਦਾ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਦਬਨ ਜਾਦੂ ਟੋਣਾ ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 96435032321।